ਜਿਹੜਾ ਮੁੱਦਾ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦਾ ਆ, ਉਹੀ ਚੌਂਚਫੇਰੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਮੂਸੇਵਾਲਾ ਹੱਤਿਆ ਕਾਂਡ ਕਹਿੰਦੇ ਆ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਆ। ਜਿਹੜੇ ਮੁੱਖ ਮੰਤਰੀ ਮਾਨ ਨੇ ਉਹ ਵੀ ਉਹਨਾਂ ਦੇ ਪਿੰਡ ਪਹੁੰਚੇ। ਬਿਲਕੁਲ ਜੀ, ਸੀਐਮ ਨੇ ਅੱਜ ਸਵੇਰੇ ਪਹੁੰਚਣਾ ਸੀਗਾ, ਸਾਜਰੇ 8 ਵਜੇ ਦਾ ਟਾਈਮ ਸੀਗਾ, ਪਰ ਉਸ ਤੋਂ ਪਹਿਲਾਂ ਜਿਵੇਂ ਹੁੰਦਾ ਹੀ ਹੈ ਕਿ ਹਲਕਾ ਵਿਧਾਇਕ ਜਾਂਦੇ ਆ ਗੁਰਪ੍ਰੀਤ ਬਣਾ ਵਾਲੇ ਸਰਦੂਲਗੜ੍ਹ ਹਲਕੇ ਦੇ ਵਿੱਚ, ਕਿਉਂਕਿ ਮੂਸਾ ਪਿੰਡ ਬੇਸਿਕਲੀ ਸਰਦੂਲਗੜ੍ਹ ਦੇ ਵਿੱਚ ਪੈਂਦਾ। ਚੋਣ ਮੂਸੇ ਵਾਲੇ ਨੇ ਮਾਨਸਾ ਤੋਂ ਲੜੀ ਸੀ, ਤਾਂ ਸਰਦੂਲਗੜ੍ਹ ਹਲਕਾ ਦੇ ਜਿਹੜੇ ਵਿਧਾਇਕ ਆ ਗੁਰਪ੍ਰੀਤ ਸਿੰਘ ਬਣਾ ਵਾਲੀ, ਜਦੋਂ ਉੱਥੇ ਪੁੱਜਦੇ ਆ ਤਾਂ ਬੜਾ ਸਖਤ ਵਿਰੋਧ ਹੁੰਦਾ ਹੈ। ਉਸ ਤੋਂ ਬਾਅਦ ਫਿਰ ਇਉਂ ਲੱਗਦਾ ਇੱਕ ਵਾਰੀ ਤੇ, ਕਿਉਂਕਿ ਜਿਹੜੇ ਇਲਾਕਾ ਵਾਸੀ ਸੀ ਜਾਂ ਪਿੰਡ ਵਾਸੀ ਸੀ ਉਹਨਾਂ ਨੇ ਕਿਹਾ ਕਿ ਇੰਨੀ ਸਿਕਿਉਰਿਟੀ ਸਾਡੇ ਬੰਦੇ ਨੂੰ ਤਾਂ ਤੁਸੀਂ 4 ਗਨਮੈਨ ਨਹੀਂ ਦੇ ਸਕੇ, ਅੱਜ ਤੁਸੀਂ ਇੱਥੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਨਫਰੀ ਲਾ ਦਿੱਤੀ ਹੈਗੀ ਆ। ਤਾਂ ਉਸ ਤੋਂ ਬਾਅਦ ਫਿਰ ਇਉਂ ਜਾਪਦਾ ਸੀਗਾ ਕਿ ਸ਼ਾਇਦ ਇਹ ਜਿਹੜਾ ਵਿਜ਼ਿਟ ਹੈ ਉਹਨਾਂ ਦਾ ਇੱਧਰ ਦਾ ਇਹ ਕੈਂਸਲ ਹੋ ਜਾਏਗਾ। ਫਿਰ 2 ਕੁ ਘੰਟੇ ਦੀ ਦੇਰੀ ਤੋਂ ਬਾਅਦ, 2 ਘੰਟਾ ਵਖਵਾ ਪੈ ਗਿਆ ਜਦ, ਤਾਂ ਉਸ ਤੋਂ ਬਾਅਦ ਫਿਰ ਉਹ ਆਉਂਦੇ ਨੇ, ਦੁੱਖ ਦਾ ਪ੍ਰਗਟਾਵਾ ਕਰਦੇ ਨੇ। ਪਰ ਇਹਦੇ ਵਿੱਚ ਵੀ ਇੱਕ ਦਿਲਚਸਪ ਗੱਲ ਹੈ ਕਿ ਦੇਖੋ, ਪੰਜਾਬ ਉਹਨਾਂ ਤੋਂ ਉਮੀਦ ਕਰਦਾ ਸੀਗਾ ਕਿ ਸ਼ਾਇਦ ਕੁਛ ਸਵਾਲਾਂ ਦੇ ਜਵਾਬ ਦੇ ਕੇ ਜਾਣਗੇ, ਕੁਛ ਭਰੋਸੇ ਬਣਾ ਕੇ ਜਾਣਗੇ, ਪਰ ਬਾਵਜੂਦ ਇਸ ਤੇ ਅੱਜ ਫਿਰ ਉਹ ਪ੍ਰੈਸ ਤੋਂ ਲਾਂਭੇ ਹੋ ਕੇ ਦੀ ਨਿਕਲ ਗਏ ਆ। ਇੱਥੋਂ ਤੱਕ ਕਿ ਮੀਡੀਆ ਨੂੰ ਇੱਕ ਗੁੱਠ ਦੇ ਵਿੱਚ ਲਾ ਦਿੱਤਾ ਗਿਆ ਕਿ ਇੱਥੇ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ, ਮਤਲਬ ਕਿ ਚਲਾਕੀ ਜੀ ਕੀਤੀ ਗਈ, ਫਿਰ ਚੋਰ ਭਲਾਈ ਜੀ ਦਵਾ ਕੇ ਤੇ ਮੁੱਖ ਮੰਤਰੀ ਨੂੰ ਕੱਢ ਲਿਆ ਗਿਆ। ਤਾਂ ਅੱਜ ਪ੍ਰੈਸ ਦੇ ਮੁਖਾਤਬ ਨਹੀਂ ਹੋਏ, ਸਭ ਤੋਂ ਵੱਡੀ ਗੱਲ ਇਹ ਰਹੀ ਆ। ਦੂਜੀ ਚੀਜ਼ ਜਿਹੜੀ ਆ ਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ, ਤਾਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਨੇ, ਜੀ ਜਿਹੜੇ ਕਿ ਇਸ ਹਲਕੇ ਤੋਂ ਸ਼ਾਇਦ ਕੈਂਡੀਡੇਟ ਸਨ। ਤਾਂ ਉਹਨਾਂ ਨੇ ਉਹੀ ਦੱਸਿਆ ਸਿਕਿਉਰਿਟੀ ਦਾ ਕੰਸਰਨ, ਕਿ ਸਾਰਾ ਮਸਲਾ ਜਿਹੜਾ ਸੀਗਾ ਉਹ ਕੁਛ ਇਸ ਕਿਸਮ ਦਾ ਸੀਗਾ ਕਿ ਜਿਹੜੀ ਆਪ ਸਰਕਾਰ ਹੈ ਉਸਨੇ ਕਿਤੇ ਨਾ ਕਿਤੇ ਇਸ ਤਰ੍ਹਾਂ ਪ੍ਰਚਾਰ ਕਰਕੇ ਸਿਕਿਉਰਿਟੀ ਦੀ ਕਟੌਤੀ ਦਾ ਤੇ ਬੜਾ ਵੱਡਾ ਰਿਸਕ ਇੱਕ ਤਰ੍ਹਾਂ ਨਾਲ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਲਈ ਖੜਾ ਕਰ ਦਿੱਤਾ। ਸੋ ਹੁਣ ਸੁਪਰੀਮ ਕੋਰਟ ਦੀ ਰਜਿਸਟਰੀ ਉਹਨੂੰ ਪ੍ਰਵਾਨ ਕਰਦੀ ਹੈ ਸੁਣਵਾਈ ਵਾਸਤੇ, ਉਹ ਲਿਸਟਡ ਹੁੰਦੀ ਹੈ ਪਟੀਸ਼ਨ ਕਿ ਨਹੀਂ, ਉਹ ਬਾਅਦ ਦੀ ਗੱਲ ਹੈ। ਫਿਰ ਇਸ ਮਾਮਲੇ ਦੇ ਵਿੱਚ ਹੋਰ ਅਪਡੇਸ਼ਨਸ ਜੇ ਆਪਾਂ ਦੇਖੀਏ ਤਾਂ 2 ਬੰਦੇ ਗ੍ਰਿਫਤਾਰ ਕੀਤੇ ਇਹਨਾਂ ਨੇ ਸ਼ਾਇਦ ਹਰਿਆਣੇ ਦੇ ਵਿੱਚੋਂ, ਫਤਿਆਬਾਦ ਦੇ ਵਿੱਚੋਂ, ਕਿਉਂਕਿ ਜਿਹੜੀ ਉਹ ਬਲੈਰੋ ਜੀਪ ਹੈ, ਜਿਹੜੀ ਬਲੈਰੋ ਗੱਡੀ ਆ, ਉਹ ਕੁਛ ਦਿਨ ਪਹਿਲਾਂ, ਮਤਲਬ ਕਿ ਇਸ ਵਾਕਿਆ ਤੋਂ ਕੁਛ ਦਿਨ ਪਹਿਲਾਂ, ਇੱਕ ਪੈਟਰੋਲ ਪੰਪ ਤੇ ਤੇਲ ਪਾਉਂਦੀ ਨਜ਼ਰ ਆ ਰਹੀ ਹੈ, ਔਰ ਉਹ ਦੋਵੇਂ ਮੁੰਡੇ ਜਿਹੜੇ ਆ ਫਤਿਆਬਾਦ ਦੇ, ਇਹਨਾਂ ਨੇ ਚੱਕ ਲਿਆ, ਮਤਲਬ ਕਿ ਆਇਡੈਂਟੀਫਾਈਡ ਹੋ ਗਿਆ ਨਾਲ ਦੀ ਨਾਲ। ਸੋ ਉੱਥੇ ਕਲੀਅਰ ਫੋਟੋ ਆ ਗਈ, ਗੱਡੀ ਦਾ ਨੰਬਰ ਸੇਮ ਸੀ, ਗੱਡੀ ਸੇਮ ਸੀ, ਤਾਂ ਉਹ 2 ਬੰਦੇ ਚੱਕ ਲਏ ਆ। ਤਾਂ ਫਤਿਹਾਬਾਦ ਦੇ ਏਰੀਏ ਚ 2 ਬੰਦੇ ਹੁਣ ਕਿਹੜੇ ਕਿਹੜੇ ਆ, ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਚੀਜ਼ਾਂ ਵੀ ਰਿਵੀਲ ਹੋ ਜਾਣਗੀਆਂ। ਫਿਰ ਇਸ ਤੋਂ ਇਲਾਵਾ ਜੋ ਦਿੱਲੀ ਦਾ ਆਪਰੇਸ਼ਨ ਸੈੱਲ ਆ, ਉਹ ਹੌਲੀ ਹੌਲੀ ਕਰਦਾ ਕਰਾਉਂਦਾ ਨੇਪਾਲ ਤੱਕ ਪਹੁੰਚ ਗਿਆ, ਮਤਲਬ ਕਿ ਨੇਪਾਲ ਦੇ ਵਿੱਚ ਵੀ ਰੇਡਾਂ ਮਾਰੀਆਂ ਜਾ ਰਹੀਆਂ ਨੇ ਉੱਥੋਂ ਦਾ ਪ੍ਰਸ਼ਾਸਨ ਜਾਂ ਪੁਲਿਸ ਭਰੋਸੇ ਚ ਲੈ ਕੇ, ਕਿਉਂਕਿ ਇਹ ਵੀ ਕਿਤੇ ਨਾ ਕਿਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਵਾ ਕਿ ਹੋ ਸਕਦਾ ਜਿਹੜੇ ਹਮਲਾਵਰ ਸੀਗੇ ਜਾਂ ਕਾਤਲ ਆ, ਕਤਲ ਕਰਕੇ ਜਿਹੜੇ ਭੱਜੇ ਆ, ਤਾਂ ਉਹ ਨੇਪਾਲ ਦੇ ਵਿੱਚ ਲੁਕੇ ਹੋਣ, ਐਸੀ ਵੀ ਸੰਭਾਵਨਾ ਹੈ। ਸੋ ਇਸ ਕਰਕੇ ਜੇ ਆਪਾਂ ਦੇਖੀਏ ਤਾਂ ਬਹੁਤ ਮਾਮਲਾ ਗੁੰਝਲਦਾਰ ਬਣਦਾ ਜਾ ਰਿਹਾ। ਕੁਛ ਇਧਰੋਂ ਵੀ ਨਾਮ ਆ ਰਹੇ ਨੇ ਕਿ ਜਿਹੜੀ ਗੱਡੀ ਇੱਥੇ ਕਰੋਲਾ ਸੌਂਪੀ ਗਈ ਉਹ ਪੰਜਾਬ ਚੋਂ ਸੌਂਪੀ ਗਈ, ਜਿਹੜੇ ਬੰਦੇ ਨੇ ਸੌਂਪੀ ਸੀਗੀ ਹਮਲਾਵਰਾਂ ਨੂੰ ਉਹ ਵੀ ਗ੍ਰਿਫਤ ਦੇ ਵਿੱਚ ਆ। ਪਰ 2 ਹੋਰ ਗੈਂਗਸਟਰਾਂ ਦਾ ਨਾਮ ਆ ਰਿਹਾ, ਇੱਕ ਪੱਟੀ ਦਾ, ਇੱਕ ਮੇਰੇ ਖਿਆਲ ਦੇ ਨਾਲ ਇਸ ਏਰੀਏ ਦਾ, ਮੋਗੇ ਏਰੀਏ ਦਾ। ਇਹਨਾਂ ਦੋਨਾਂ ਦਾ ਜ਼ਿਕਰ ਆਉਂਦਾ ਕਿ ਆਖਰੀ ਵਾਰ ਗੱਡੀ ਜਿਹੜੀ ਕਰੋਲਾ ਗੱਡੀ ਸੀਗੀ ਉਹ ਮਨਪ੍ਰੀਤ ਨੇ ਇਹਨਾਂ ਨੂੰ ਹੈਂਡਓਵਰ ਕੀਤੀ ਸੀ ਕੋਟਕਪੂਰਾ ਬਾਈਪਾਸ। ਤਾਂ ਇਸ ਤਰ੍ਹਾਂ ਕੜੀਆਂ ਜੁੜ ਜ਼ਰੂਰ ਰਹੀਆਂ ਨੇ, ਪਰ ਹਾਲ ਦੀ ਕੜੀ ਕੋਈ ਵੱਡੀ ਸਫਲਤਾ ਨਹੀਂ ਆਪਾਂ ਆਖ ਸਕਦੇ। ਇਸ ਮਾਮਲੇ ਦੇ ਵਿੱਚ ਬਹੁਤ ਵੱਡੀ ਸਫਲਤਾ ਮਿਲ ਗਈ ਜਿਸ ਤੋਂ ਬਾਅਦ ਆਪਾਂ ਕਹੀਏ ਕਿ ਸਾਰਾ ਮਾਮਲਾ ਸਾਫ਼ ਹੋ ਗਿਆ, ਟਰੇਸ ਹੋ ਗਿਆ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇੱਕ ਆਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇ ਰਿਹਾ ਇੱਕ ਸ਼ਖਸ, ਹਾਲਾਂਕਿ ਉਹ ਪੰਜਾਬੀ ਪਿਓਰ ਨਹੀਂ ਬੋਲ ਰਿਹਾ, ਹਿੰਦੀ ਵੀ ਪਿਓਰ ਨਹੀਂ ਬੋਲ ਰਿਹਾ। ਤਾਂ ਉਹ ਸ਼ਖਸ ਜਿਹੜਾ ਆ ਉਹ ਗੱਲਾਂ ਬਾਤਾਂ ਦੇ ਵਿੱਚ ਮੂਸੇਵਾਲੇ ਦੇ ਪਿਤਾ ਨੂੰ ਕਹਿੰਦਾ ਕਿ ਇਹਨੂੰ ਹਟਾ ਲਾ ਲਾਈਵ ਹੋਣ ਚੋਂ, ਇਹ ਗੱਲਾਂ ਕਰਦਾ ਬਾਤਾਂ ਕਰਦਾ। ਫਿਰ ਉਹਨੂੰ ਦੱਸਦਾ ਕਿ ਜੇ ਅਸੀਂ ਪਿੰਡ ਆਉਂਦੇ ਤੇ ਆਪਣੀ ਮਾਂ ਨੂੰ ਮਿੰਟਾਂ ਲਈ ਅੱਗੇ ਕਰ ਦਿੰਦਾ, ਵਗੈਰਾ ਵਗੈਰਾ ਇਹੋ ਜਿਹੀਆਂ ਗੱਲਾਂ ਕਰਦਾ। ਤੇ ਜਦੋਂ ਉਹ ਹਟਦਾ ਨਹੀਂ ਤਾਂ ਫਿਰ ਮੂਸੇਵਾਲੇ ਦਾ ਪਿਤਾ ਉਹਨੂੰ ਗਾਲ ਮੰਦਾ ਵੀ ਕਰਦਾ ਥੋੜਾ ਬਹੁਤਾ। ਸੋ ਇਸ ਤਰ੍ਹਾਂ ਦੀ ਇਹ ਆਡੀਓ ਆ, ਹੁਣ ਇਹਦੇ ਤੇ ਵੀ ਏਜੰਸੀਆਂ ਜਿਹੜੀਆਂ ਨੇ ਉਹ ਅੱਖ ਰੱਖ ਕੇ ਬੈਠੀਆਂ। ਬਾਕੀ ਜਿਹੜੀ ਕੱਲ ਕਾਲ ਹੋਈ ਸੀਗੀ ਨਿਊਜ਼ ਚੈਨਲ ਤੇ ਇੱਕ ਜਿਹੜੀ ਖਬਰ ਬਣ ਗਈ ਮੁੜ ਕੇ ਬਾਅਦ ਦੇ ਵਿੱਚ, ਸਚਿਨ ਵਿਸ਼ਨੋਈ ਨੇ ਜੋ
ਕਲੇਮ ਕੀਤਾ ਸੀਗਾ ਕਿ ਮੈਂ ਆਪਣੇ ਹੱਥੀ ਮਾਰਿਆ ਸਿੱਧੂ ਮੂਸੇਵਾਲਾ ਨੂੰ, ਤਾਂ ਉਹਦੀ ਵੀ ਕਿਤੇ ਨਾ ਕਿਤੇ ਇਹਨਾਂ ਨੇ ਕਰਵਾਈ ਹੈ ਜਾਂਚ ਪੜਤਾਲ, ਤਾਂ ਜਿਹਦੇ ਵਿੱਚ ਦਿੱਲੀ ਪੁਲਿਸ ਨੇ ਕਿਹਾ ਕਿ ਆਵਾਜ਼ ਦੇ ਜਿਹੜੇ ਨਮੂਨੇ ਆ ਉਹ ਮੇਲ ਖਾਂਦੇ ਆ ਸਚਿਨ ਦੀ ਹੀ ਆਵਾਜ਼ ਨਾਲ, ਤਾਂ ਇਹਦਾ ਮਤਲਬ ਕਿ ਕਾਲ ਜਿਹੜੀ ਆ ਕੋਈ ਫੇਕ ਨਹੀਂ ਹੈ। ਸੋ ਇਸ ਕਰਕੇ ਇਹੀ ਮਾਮਲਾ ਹੁਣ ਤੱਕ ਇੱਥੇ ਖਲੋਤਾ ਹੋਇਆ, ਕੋਈ ਵੱਡੀ ਸਫਲਤਾ ਨਹੀਂ ਹੈ, ਪੁਲਿਸ ਦੇ ਹੱਥ ਅੱਜ ਵੀ ਖਾਲੀ ਆ। ਮਾਨ ਸਾਹਿਬ ਜ਼ਰੂਰ ਕਹਿ ਗਏ ਆ ਕਿ ਨਿਆਂ ਹੋਏਗਾ, ਨਿਆਂ ਕਦੋਂ ਹੋਏਗਾ, ਕੋਈ ਡੇਟ ਨਹੀਂ ਦੇ ਕੇ ਗਏ, ਪਰ ਪੀੜਿਤ ਪਰਿਵਾਰ ਵਾਰ ਵਾਰ ਕਹਿ ਰਿਹਾ ਕਿ ਦੇਖੋ ਜੀ ਸਾਡੇ ਨਾਲ ਜਿਹੜੀ ਜੱਗੋ ਤੇਰਵੀਂ ਹੋਈ ਆ ਉਹਦੇ ਚ ਸਰਕਾਰ ਦਾ ਬਹੁਤ ਵੱਡਾ ਹੱਥ ਆ। ਜੀ ਜੀ ਬਿਲਕੁਲ, ਸੋ ਕਾਫੀ ਰੌਲਾ ਰੱਪਾ ਜਿਹੜਾ ਹੋ ਰਿਹਾ ਜਦੋਂ ਮੁੱਖ ਮੰਤਰੀ ਮਾਨ ਜਿਹੜੇ ਉੱਥੇ ਮਿਲਣ ਦੇ ਲਈ ਪਹੁੰਚੇ ਸੀਗੇ।